ਕਿੰਨਾ ਜ਼ੋਰ ਸੀ ਬਕਾਲੇ ਵਿੱਚ ਮਾਈ ਗੁਰੂ ਬਣੇ ਬੈਠੇ ਹਨ ਤੇ ਆਪੋ ਆਪਣਾ ਜ਼ੋਰ ਹੈ ਮਸੰਦ ਅੱਗੋਂ ਦੀ ਜਾ ਮਿਲਦੇ ਨੇ ਕਿਉਂ ਬਈ ਸੱਚੇ ਗੁਰੂ ਦਾ ਦਰਸ਼ਨ ਕਰਨਾ ਹੀ ਕਿ ਝੂਠੇ ਦਾ ਫਿਰ ਸੱਚਾ ਤਾਂ ਉਹ ਹੈ ਜਿੱਥੇ ਮੈਂ ਤੈਨੂੰ ਲੈ ਚੱਲਿਆ ਇਹ ਬਾਕੀ ਸਾਰੇ ਝੂਠੇ ਨੇ ਚੰਗਾ ਬਈ ਚੱਲ ਇੰਨੇ ਚਿਰ ਨੂੰ ਦੂਜਾ ਆਣ ਮਿਲਦਾ ਨਾ ਹੋਏ ਭੁਲੇਖੇ ਵਿੱਚ ਨਾ ਪਈ ਇਹ ਤਾਂ ਝੂਠਾ ਹੈ ਸੱਚਾ ਗੁਰੂ ਤਾਂ ਮੈਨੂੰ ਪਤਾ ਮੇਰੇ ਨਾਲ ਆ ਬਾਈ ਥਾਵਾਂ ਤੇ ਬੰਦਾ ਮੱਥਾ ਟੇਕ ਕੇ ਵੀ ਤ੍ਰਿਪਤ ਨਹੀਂ ਸੀ ਹੁੰਦਾ ਤਸੱਲੀ ਨਹੀਂ ਸੀ ਹੁੰਦੀ ਮਨ ਭੁੱਖੇ ਦਾ ਭੁੱਖਾ ਰਹਿੰਦਾ ਸੀ ਕਿਉਂਕਿ ਸੱਚਾ ਕੋਈ ਵੀ ਨਹੀਂ ਸੀ ਜੋ ਸੱਚਾ ਸੀ ਉਹ ਬੂਆ ਬੰਦ ਕਰਕੇ ਬੈਠਾ ਉਹ ਬੂਆ ਖੋਲਦਾ ਹੀ ਨਹੀਂ ਉਹਨੂੰ ਲੋੜ ਹੀ ਨਹੀਂ ਜਾਂ ਮੱਖਣ ਸ਼ਾਹ ਆਇਆ ਸੁੱਖ ਨਾ ਸੁੱਖੀ ਹੋਈ ਬਈ 500 ਮੋਹਰ ਭੇਟਾ ਕਰਨੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਪਿੱਛੋਂ ਪਾਣਾ ਵਰਤ ਗਿਆ ਸੀ ਜਦੋਂ ਆਇਆ ਤੇ ਪੁੱਛੀ ਉਸ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸੰਗਤਾਂ ਨੇ ਆਖਿਆ ਉਹ ਤਾਂ ਜੋਤੀ ਜੋਤ ਸਮਾ ਗਏ ਫਿਰ ਉਹਨਾਂ ਦੀ ਥਾਵੇਂ ਕਿਸੇ ਨੂੰ ਮੱਥਾ ਨਹੀਂ ਟੇਕਿਆ ਆਖਿਆ ਬਾਬਾ ਬਕਾਲੇ ਮੱਖਣ ਸ਼ਾਹ ਨੇ ਬਕਾਲੇ ਦਾ ਰਸਤਾ ਫੜਿਆ ਜਿਸ ਵੇਲੇ ਬਕਾਲੇ ਪਹੁੰਚਿਆ ਤੇ ਅੱਗੇ ਮਸੰਦ ਖੜੋਤੇ ਦਲਾਲ ਇੱਕ ਦੂਜੇ ਤੋਂ ਅੱਗੇ ਸਟੇਸ਼ਨ ਤੇ ਜਾਓ ਨਾ ਸਮਾਨ ਉਤਾਰੋ ਤੇ ਕੁਲੀਆਂ ਦਾ ਚੁਰਮਟ ਪੈ ਜਾਂਦਾ ਉਹ ਸਮਾਨ ਉਹਦੇ ਹੱਥੋਂ ਖੋਂਦਾ ਉਹਦੇ ਹੱਥੋਂ ਖੋਂਦਾ ਇਹੀ ਹਾਲਤ ਸੀ ਉਸ ਵੇਲੇ ਇੱਧਰ ਗੁਰੂ ਹੈ ਆਖਦਾ ਨਹੀਂ ਹੋਏ ਇੱਧਰ ਗੁਰੂ ਹੈ ਮੱਖਣ ਸ਼ਾਹ ਨੇ ਆਖਿਆ ਵਾਰੋ ਵਾਰੀ ਸਭ ਕੋਲ ਚੱਲਾਂਗੇ ਮਨ ਵਿੱਚ ਇਹ ਧਾਰ ਲਈ ਵੀ ਇੱਥੇ ਤਾਂ ਬੜੀ ਦੁਬਦਾ ਪਈ ਹੋਈ ਹੈ ਮੈਂ 500 ਮੋਹਰ ਜਿਹੜੀ ਭੇਟਾ ਕਰਨੀ ਹੈ ਕਿਸ ਨੂੰ ਕਰਾਂ ਮਨ ਵਿੱਚ ਧਾਰਿਆ ਇਹ ਉਸੇ ਨੂੰ ਭੇਟਾ ਕਰਾਂਗਾ ਜੋ ਮਨ ਦੀ ਗੁੰਡੀ ਖੋਲੇਗਾ ਜੋ ਮਨ ਦੀ ਗੰਢ ਖੋਲੇਗਾ ਇੱਕ ਦੇ ਕੋਲ ਪਹੁੰਚਿਆ ਦੋ ਮੋਹਰਾਂ ਰੱਖੀ ਉਹਨੇ ਬੜੀ ਥਾਪੀ ਦਿੱਤੀ ਬੜਾ ਪਿਆਰ ਕੀਤਾ ਗੱਲ ਨਾਲ ਵੀ ਲਾਇਆ ਇਹਦੀ ਕੋਸ਼ਿਸ਼ ਕੀਤੀ ਵੀ ਕਿਸੇ ਤਰ੍ਹਾਂ ਇਸ ਦੇ ਅੰਦਰ ਨਾਮ ਦੀ ਚਰਨਾਟ ਛਿੜ ਜਾਏ ਪਰ ਆਪ ਖਾਲੀ ਕਿੱਥੋਂ ਦੇਵੇ ਮੱਖਣ ਸ਼ਾਹ ਜਿਵੇਂ ਗਿਆ ਸੀ ਉੱਠਿਆ ਆ ਦੂਜੇ ਦੇ ਵਸ ਪੈ ਗਿਆ ਉਹਨੇ ਦੂਜੀ ਅੱਗੇ ਜਾ ਮੱਛਾ ਟਿਕਾਇਆ ਦੋ ਮੋਹਰਾਂ ਇੱਥੇ ਵੀ ਰੱਖੀ ਇਹਨੇ ਵੀ ਬੜੀ ਖੁਸ਼ੀ ਕੀਤੀ ਮਨ ਦੀ ਕੁੰਡੀ ਕਿਸੇ ਨਾ ਖੋਲੀ ਦਿਲ ਦਾ ਮਹਿਰਮ ਕੋਈ ਨਾ ਮਿਲਿਆ ਜੋ ਮਿਲਿਆ ਸੋ ਗਰਜੀ ਕਿਉਂਕਿ ਉਹਨਾਂ ਨੂੰ ਆਪਣੀ ਗਰਜ ਸੀ ਬਈ ਭਲਾ ਹੋਇਆ ਆਇਆ ਦੋ ਮਾਰਾ ਦੇ ਹੀ ਗਿਆ ਨਾ ਕੁਛ ਲੈ ਤਾਂ ਨਹੀਂ ਗਿਆ ਇਸੇ ਤਰ੍ਹਾਂ ਬਾਈ ਛਾਵਾਂ ਤੇ ਮੱਥੇ ਟੇਕੇ 44 ਮਾਰਾ ਦਿੱਤੀਆਂ ਪਰ ਆਇਆ ਕੁਛ ਨਾ ਆਉਂਦਾ ਹਾਸਲ ਕੁਛ ਨਾ ਹੋਇਆ ਨਿਰਾਸ਼ਾ ਹੋ ਗਿਆ ਰੋ ਪਿਆ ਕਿੱਥੇ ਜਾਵਾਂ ਪਰਤ ਕੇ ਆ ਰਿਹਾ ਕਿਸੇ ਨੂੰ ਪੁੱਛੀ ਉਸ ਕਿਉਂ ਬਈ ਕੋਈ ਹੋਰ ਵੀ ਹੈ ਉਹਨੇ ਆਖਿਆ ਹੈ ਤਾਂ ਸਹੀ ਪਰ ਬੂਆ ਹੀ ਨਹੀਂ ਖੋਲਦਾ ਚੱਲ ਦਿਖਾ ਉਹ ਨਾਲ ਲਿਆਇਆ ਅੱਗੇ ਬੂਆ ਬੰਦ ਹੈ ਜਗਤ ਮਾਤਾ ਮਾਤਾ ਗੁਜਰੀ ਦਲੀਜ ਤੇ ਸਿਰ ਰੱਖ ਕੇ ਬੈਠੀ ਹੈ ਮੱਖਣ ਸ਼ਾਹ ਨੇ ਬੇਨਤੀ ਕੀਤੀ ਮਾਤਾ ਜੀ ਮੈਂ ਦਰਸ਼ਨ ਕਰਨੇ ਹਨ ਜਾਂ ਸਿਰ ਚੁੱਕਿਆ ਤੇ ਡੁਬ ਡੁਬ ਅੱਖਾਂ ਭਰੀਆਂ ਗੁਜਰੀ ਮਾਤਾ ਦੀਆਂ ਇਹ ਪਤਾ ਜੇ ਕੀ ਪਈ ਕਰਦੀ ਸੀ ਇਹ ਕਲਗੀ ਦਰਦਾ ਗਿਆਨ ਪਈ ਕਰਦੀ ਸੀ ਆਰਾਧਨਾ ਪਈ ਕਰਦੀ ਸੀ ਕਿਉਂਕਿ ਸਾਹਿਬ ਨੇ ਆਪ ਆਖਿਆ ਤਾਤ ਮਾਤ ਮੁਰ ਅਲਖ ਆਰਾਧਨਾ ਮੇਰੇ ਮਾਤਾ ਪਿਤਾ ਨੇ ਜਿਸ ਵੇਲੇ ਵੱਡੀ ਆਰਾਧਨਾ ਕੀਤੀ ਅਕਾਲ ਪੁਰਖ ਦੀ ਕਿਵੇਂ ਕੀਤੀ ਬਹੁਵਿਧ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਦੀ ਸੇਵਾ ਤਾਤੇ ਪਏ ਪ੍ਰਸੰਨ ਗੁਰ ਦੇਵਾ ਤਪ ਸਾਧਤ ਪ੍ਰਭ ਮੋਹਿ ਬੁਲਾਇਓ ਇਮ ਕਹਿ ਕੇ ਇਸ ਲੋਕ ਪਠਾਇਓ ਮੈਨੂੰ ਤਪ ਕਰਦੇ ਨੂੰ ਉਸ ਵੇਲੇ ਅਕਾਲ ਪੁਰਖ ਨੇ ਬੁਲਾਇਆ ਔਰ ਇਹ ਆਖ ਕੇ ਇਸ ਲੋਕ ਵਿੱਚ ਭੇਜਿਆ ਕਿਉਂਕਿ ਮਾਤਾ ਪਿਤਾ ਆਰਾਧਨਾ ਕਰ ਰਹੇ ਸਨ ਜਿਸਦੇ ਮਾਤਾ ਪਿਤਾ ਜਿਤਨੀ ਆਰਾਧਨਾ ਜ਼ਿਆਦਾ ਕਰਨਗੇ ਉਸਦਾ ਪੁੱਤਰ ਉਤਨਾ ਬਲਵਾਨ ਹੋਏਗਾ ਤਾਂ ਪੁੱਛੋ ਵਾਲੇ ਬਾਬਾ ਜੀ ਕੋਲ ਕੋਈ ਜੱਟ ਆਉਂਦਾ ਸੀ ਬਾਬਾ
बाबा पुत्र दी लोड़ है के कियो जी लेनी बटेर वाज कबूतर वाज कोई टांगे वाला कोई स्टेशन दा कुली कियो जी आ पुत्र लेनी नहीं बाबा चंगा लेना के चंगे वास्ते फिर कुछ करना नाम जप नित नेम कर कुछ करेगा उन बलवान होंगे जो आवेगा सुख देवेगा उन जिस वेले अपने हर जाते हैं ना अपने सज्जन भी दुश्मन बढ़ जाते अपने पराए हो जाते हैं तो एडी आराधना आराधी जिस वेले हजूर अंदर बैठे हैं ना ध्यान विच माता गुजरी जी बूए दे बाहर केडी आग्या विच हन जिस वेले हुक्म है उस वेले बूआ खोलना अगे पिछे नहीं मक्खन शाह पहुंचिया बेनती की माता जी मैं दर्शन कर ले अखा पहुंच के माता जी ने आखिया बैठ प्रसाद दा वेला होवेगा उस वेले बुआ खुलेगा बारों ही जाती पालवी अंदर जान दी आज्ञा नहीं सत वचन बारों ही सही महापुरखा दा दूरों ही दीदार हो जाए एक जात पै जाए थोड़ी गल है जरूरी नहीं भी कोल जाइए ते गल बात करिए ते ना मेरा दुनिया नहीं ये ता जितने प्यार नाल जिथों भी तक लग रेडियो पे हन किथे किथे पे हन जे दुरुस्त हन तो हर थां ते बोल दे ते जे कोई टांका उखड़ गया ते फिर नहीं बोलदा भावे स्टेशन दे नेड़े ही पिया हो सात संगत बोलो श्री प्रसाद का वेला होया माता जी ने बुआ खोलिया तभी इतों की जाती पा लै जाती पाई ठंड पै गई माता जी के चरण फड़ ले मां जी अंदर जान दे आख्या आ गया नहीं मां जी मैं बड़ा भटकदा आया मेरी भटकना मुक जाएगी मैं गरीब हाँ मेरे उत्ते तरस करो माता ने दया आ गई अच्छा फिर बोली ना गल ना करी और ध्यान मगन बैठे हैं मैं प्रसाद रख के आ जावांगी ते तू अंदरों होके फिर छेती आ जाई बाहर प्रसादा पता नहीं किस वेले छकणगे ए उन्हां दी मौज असी वेले नाल रख देंगे सत वचन मक्खन शाह अंदर गया दो मोहरा नहीं पंज मोहरा कढ़िया अगे रखिया मत्था टेकिया चादर दी बुकल मार के बैठे सन मक्खन शाह दा जी करे भई ए थोड़ा जिया बल्ला मुंह तो लावण दर्शन करा ते जे भाग होवण ते कोई शायद बचन भी हो जाए पर साहब ने मुंह तो बल्ला नहीं लाया समाधि विच सन बैठे मक्खन शाह ने सोचिया मेरे आए दा पता तां लगे भई मैं आया इन चुप करके तुर जावां मोहरा जड़िया रखिया सन चुक के जरा होर अगे की कुछ होर अगे रखिया ते फिर खड़काइया बुक विच रख के उस वेले मेरे साहब ने मुंह तो पल्ला लाया अखां खोलिया मक्खन शाह वल तकिया ते आखिया होए सुखना सुखन वेले 500 ते देन वेले कुल 5 मूठी कह के 500 मोहर हुण बणियो देवन दा चोर जे नहीं सन देनिया तां सुखना क्यों सुखी जेडे सुखना सुख के गुरु दी नहीं दिंदे पता है की हाल हुंदा लोड़ वेले तां गुरु नू मथे टेके सुखना सुखिया ते आराध्या इक मन हो के ते जिस वेले देवन दा वेला आया उस वेले 5 मोहरा और वो भी खड़का खड़का के आ दिल दा महरम मिल गया कुंडी दिल दी खुल गई मक्खन शाह ने 500 मोहरा पल्ले चो कढ़िया ते अगे रखिया ये साहब ने आखिया अजे भी भाई पूरी तसली कर लै मत मन विच ए ना आ जावे मैं 500 एवें दे चलिया मोटा बखाल के कहन लगे तक मेखां दे कितने गाव लगे इस वेले तेरा बेड़ा डुबदा सी तू गुरु नानक सच्चे पातशाह की आराधना की थी और इस वेले गुरु नानक सच्चे पातशाह की गद्दी दा मैं झाड़ू बरदार हूं
કે ગુરુ હરકિશન સાહેબ મહારાજ સચ્ચે પાતશાહ ને આખે બાબા બકાલી પાતશાહ ફિર બહાર નહીં બેઠે હલુર ને આખે બહાર બેઠણ વાલે બથેરે ਇਹਨਾਂ ਨੂੰ ਆਪਣੀਆਂ ਰੀਝਾਂ ਲਾ ਲੈਣ ਦੇ ਇਹਨਾਂ ਨੂੰ ਝੋਲੀਆਂ ਭਰ ਲੈਣ ਦੇ ਮੈਨੂੰ ਜਿਸ ਵੇਲੇ ਗੁਰੂ ਕੀ ਆਗਿਆ ਹੋਵੇਗੀ ਮੈਂ ਵੀ ਬਾਹਰ ਆ ਜਾਵਾਂਗਾ ਤਾਂ ਪਾਤਸ਼ਾਹ ਫਿਰ ਹੁਣ ਆ ਜਾ ਕਿਉਂ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਹਤੇ ਚਾਨਣ ਹੁੰਦਿਆਂ ਗੁਰਬਿੰਦ ਘੋਰ ਅੰਧਾਰ ਅਨੇਰਾ ਪੈ ਗਿਆ ਪਾਤਸ਼ਾਹ ਸਿੱਖ ਸਿਦਕ ਵਾਗੇ ਭਟਕਦੇ ਫਿਰਦੇ ਹਨ ਕੋਈ ਠਾਰ ਨਹੀਂ ਜਿੱਥੇ ਸਿਰ ਰੱਖੀਏ ਗਰੀਬ ਨਵਾਜ ਆਓ ਫਿਰ ਕੋਠੇ ਤੇ ਚੜ ਕੇ ਕਹਿਣ ਲੱਗਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਗੁਰੂ ਹੈ ਦੋ ਦੋ ਮੋਹਰਾ ਲੈਣ ਵਾਲੇ ਬਥੇਰੇ ਬੈਠੇ ਪਰ ਗੰਢ ਖੋਲਣ ਵਾਲਾ ਕੋਈ ਨਹੀਂ ਆਓ ਦੁਨੀਆਂ ਦੇ ਲੋਕ ਆਓ ਸੱਚਾ ਪਾਤਸ਼ਾਹ ਬੈਠਾ ਜੀ ਸਾਧ ਸਿੰਘ ਬੋਲੋ ਸ੍ਰੀ